ਮੱਥਾ ਚਰਨਾ ਦੇ ਨਾਲ ਸਾਨੂੰ ਜਾਵਾਂਗੇ ਭਜਦੇ ਭਜਦੇ ਤੇ ਖੀਰਾ ਦੇਣੀ ਕਹਿੰਦਾ ਇੱਧਰ ਨੀ ਚੱਲਦੇ ਇੱਧਰ ਮੇਰੀ ਨਾਲ ਜਿਹੜਾ ਖੋਖਾ ਹੈਗਾ ਵਾ ਹੈਲੋ ਗਾਈਸ ਸਵਾਗਤ ਕਰਦੇ ਹਾਂ ਜੀ ਆਪਣੇ ਯੂਟਿਊਬ ਚੈਨਲ 'ਤੇ ਠੀਕ ਠਾਕ ਹੋ ਸਾਰੇ ਆਪਾਂ ਵੀ ਬਹੁਤ ਘੈਂਟ ਆ ਅਤੇ ਜਿਵੇਂ ਕਿ ਤੁਹਾਨੂੰ ਪਤਾ ਆ ਸਾਰਿਆਂ ਨੂੰ ਸਾਡੀ ਭੂਆ ਰਹਿੰਦੀ ਜਿਹੜੀ ਜਲੰਧਰ ਜਿਨ੍ਹਾਂ ਘਰ ਅਸੀਂ ਕਾਫੀ ਵਲੌਗ ਬਣਾਏ ਕਾਫੀ ਫੰਕਸ਼ਨ ਹੋਏ ਉਹਨਾਂ ਦੇ ਘਰ ਆਪਾਂ ਜਾਂਦੇ ਰਹੇ ਅੱਜ ਵੀ ਉਹਨਾਂ ਦੇ ਘਰ ਸੁਖਮਣੀ ਸਾਹਿਬ ਜੀ ਦਾ ਪਾਠ ਆ ਅਤੇ ਆਪਾਂ ਚੱਲੇ ਹਾਂ ਉੱਥੇ ਅਤੇ ਬੜੇ ਮਜ਼ੇ ਆਉਣੇ ਆ ਵਲੌਗ 'ਚ ਦੇਖਿਓ ਸਾਰਾ ਲਾਸਟ ਤੱਕ ਇੱਧਰੋਂ ਮੈਂ ਅਤੇ ਮੰਮੀ ਚੱਲੇ ਹਾਂ ਉੱਧਰੋਂ ਰਾਘਵ ਦੇ ਪਾਪਾ ਨੂੰ ਛੱਡ ਕੇ ਬਾਕੀ ਸਾਰੇ ਚੱਲੇ ਆ ਅੰਸ਼ ਵੇਲੇ ਕਹਿੰਦਾ ਸੀ ਮੈਂ ਨਹੀਂ ਜਾਣਾ ਬਾਅਦ ਉਹਦਾ ਵੀ ਰਾਤ ਨੂੰ ਫੋਨ ਆ ਗਿਆ ਮੈਂ ਵੀ ਜਾਣਾ ਆ ਅਰਜੁਨ ਕਹਿੰਦਾ ਮੈਂ ਨਹੀਂ ਜਾਣਾ ਸਲੂਨ 'ਤੇ ਕੰਮ ਹੈਗਾ ਸੰਡੇ ਹੈਗਾ ਤੁਹਾਨੂੰ ਪਤਾ ਸੰਡੇ ਜ਼ਿਆਦਾ ਕੰਮ ਹੁੰਦਾ ਸੋ ਹੁਣ ਆਪਾਂ ਨਿਕਲਦੇ ਹਾਂ ਉੱਧਰ ਚੱਲੇ ਹਾਂ ਹੁਣ ਦੇ ਘਰ ਚੱਲੇ ਹਾਂ ਆਪਾਂ ਰਾਘਵ ਹੁਣਾਂ ਵੱਲ ਆਪਾਂ ਜਾ ਕੇ ਉਹਨਾਂ ਨਾਲ ਮਿਲਾਉਂਦੇ ਹਾਂ ਫਿਰ ਆਪਾਂ ਜਲੰਧਰ ਚੱਲਦੇ ਅਤੇ ਦੇਖਿਓ ਸਾਰਾ ਵਲੌਗ ਬੜਾ ਮਜ਼ਾ ਆਉਂਦਾ ਅਤੇ ਹਫ਼ਤੇ ਬਾਅਦ ਹੀ ਸ਼ਨੀਵਾਰ ਉਹਨਾਂ ਦੇ ਜਾਗਰਣ ਹੈਗਾ ਆ ਆਪਾਂ ਜਾਗਰਣ 'ਤੇ ਵੀ ਸਾਰੇ ਚੱਲਾਂਗੇ ਉਦੋਂ ਆਪਾਂ ਸਾਰੇ ਫੈਮਿਲੀ ਚੱਲਾਂਗੇ ਇੱਧਰੋਂ ਵੀ ਉੱਧਰੋਂ ਵੀ ਅਤੇ ਬੜੇ ਨਜ਼ਾਰੇ ਨੇ ਰਿਤਿਕ ਭਾਅ ਦੀ ਵੋਟੀ ਵੀ ਨਵੀਂ ਨਵੀਂ ਉਹਨਾਂ ਨੇ ਵੀ ਜਾਣਾ ਉਦੋਂ ਅਤੇ ਬਾਕੀ ਗੱਲਾਂ ਆਪਾਂ ਕਰਦੇ ਉੱਧਰ ਜਾ ਕੇ ਮਿਲਦੇ ਹਾਂ ਉੱਧਰ ਬਾਏ ਬਾਏ ਗੋ ਗਾਈਸ ਲੋ ਗਾਈਸ ਜਾਂਦੇ ਪਏ ਸੀ ਆਪਾਂ ਫਾੜਕ ਬੰਦ ਹੋ ਗਿਆ ਮਤਲਬ ਕਦੋਂ ਦਾ ਬੰਦ ਸੀ ਆਪਾਂ ਦੋਵੇਂ ਖੜ੍ਹੇ ਹਾਂ ਤੁਹਾਨੂੰ ਫੋਨ ਆ ਗਿਆ ਉਹਨਾਂ ਦਾ ਅੱਜ ਪਹਿਲੀ ਵਾਰੀ ਜ਼ਿੰਦਗੀ 'ਚੋਂ ਸਾਡੇ ਤੋਂ ਪਹਿਲੇ ਤਿਆਰ ਹੋ ਗਏ ਨਹੀਂ ਤਾਂ ਉੱਧਰ ਜਾ ਕੇ ਸਾਨੂੰ ਉਡੀਕਣਾ ਹੀ ਪੈਂਦਾ ਆ ਗਈ ਟ੍ਰੇਨ ਆ ਗਈ ਟ੍ਰੇਨ ਓਕੇ ਮਿਲਦੇ ਹਾਂ ਪੌਦਾ ਜਾ ਕੇ ਬਾਏ ਬਾਏ ਲਓ ਜੀ ਕਿੰਨੇ ਵਜੇ ਪਹੁੰਚਾਉਣਾ ਉਹਨੇ ਟ੍ਰੇਨ ਸਾਡੀ ਖੜੀ ਆ ਬੰਦੇ ਭਾਰਤ ਟ੍ਰੇਨ ਸਾਡੀ ਨਿਕਲ ਗਈ ਆ ਬੰਦੇ ਭਾਰਤ ਇੰਨਾ ਕੁ ਬੜਾ ਦਿੱਲੀ ਚੱਲੇ ਵੱਡੇ ਐਕਸਲੇਟਰ ਬੜਾ ਪੌੜੀਆਂ ਵਾਲੇ
ਹਾਂਜੀ ਮੇਰੇ ਵੀਰਿਓ, ਮਾਰਾ ਭਾਈ ਦੀ ਵੀਡੀਓ ਸ਼ੂਟ ਠੇਡਾ ਲੱਗ ਗਿਆ ਜੀ ਓਏ ਓਏ ਠੇਡਾ ਲੱਗ ਗਿਆ ਜੀ ਉਹਦਾ ਆਪਣੇ ਅਰਜਨ ਵੀਰ ਜਲੰਧਰ। ਹੋਰ ਗਾਈਸ, ਪਹੁੰਚ ਚੁੱਕੇ ਆਪਾਂ ਜਲੰਧਰ ਸ਼ਹਿਰ। ਹਰ ਵਾਰੀ ਤੁਹਾਨੂੰ ਪਤਾ ਇੱਥੇ ਆ ਕੇ ਸਲੂਟ ਮਾਰੀ ਦੀ ਆ, ਹਰ ਵਾਰੀ ਆ ਕੇ ਸਲੂਟ ਮਾਰੀ ਦੀ ਵੀਰ, ਜ਼ਬਰਦਸਤੀ ਦਾ ਪ੍ਰਾਹੁਣਾ ਹੈਗਾ ਜੀ ਆ। ਪਹਿਲੇ ਕਹਿੰਦਾ ਸੀ ਮੈਂ ਨਹੀਂ ਜਾਣਾ, ਫਿਰ ਕਹਿੰਦਾ ਮੈਂ ਜਾਣਾ ਵਾ, ਫਿਰ ਸਵੇਰੇ ਉੱਠ ਕੇ ਇਕੱਲੇ ਇਕੱਲੇ ਨੂੰ ਪੁੱਛਿਆ ਮੈਂ ਨਹੀਂ ਜਾਵਾਂ। ਐਕਟਿੰਗ ਕਰਨ ਦਾ ਮਤਲਬ ਕਿ ਐਕਟਰ ਹੈਗਾ ਬੜਾ ਤਕੜਾ, ਪਹੁੰਚ ਗਏ। ਪਾਠ ਸ਼ੁਰੂ ਵੀ ਹੋ ਗਿਆ ਕਦੋਂ ਦਾ, ਆਪਾਂ ਹੁਣ ਪਹੁੰਚੇ। ਨਵੀਂ ਐਕਟ ਉਧਰ ਜਾਣਾ ਹੈ।
ਜੋ ਛੇ ਸੋਏ ਗੰਗਾ ਹੈ ਸਾਖ ਸਤਨਾ ਕਰਤਾ ਜਾਵੇ ਆਰ ਮਨ ਸਾਖ ਆਪਾਂ ਗਾਈਸ ਹੁਣ ਬਾਬਾ ਜੀ ਨੂੰ ਛੱਡ ਆਏ ਹਾਂ ਅਤੇ ਆਪਾਂ ਹੁਣ ਖਾਣ ਪੀਣ ਲੱਗੇ ਰੋਟੀ ਪਾਣੀ ਭੁੱਖ ਲੱਗੀ ਰੋਟੀ ਹੈਗੀ ਕਿਉਂ ਨੀ ਗੀ ਮਾਮਾ ਆਲੂ ਆਲੂ ਮੇਥੀ ਆਲੂ ਮੇਥੀ ਮਟਰ ਪਨੀਰ ਦਹੀਂ ਮਿਲ ਗਏ ਗਾਈਸ ਤੇ ਚਾਹ ਧਰੀ ਹੋਈ ਇੱਧਰ ਆਓ ਭੈਣ ਜੀ ਅੱਗੇ ਪਾਠ ਚੱਲਣ ਦਿਆ ਨਾ ਉਦੋਂ ਮਿਲੇ ਨਹੀਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਭੂਆਈ ਵਧਾਈਆਂ ਤੁਹਾਨੂੰ ਮੈਂ ਅੱਗੇ ਪਾਠ ਚੱਲਣ ਦਿਆ ਨਾ ਉਦੋਂ ਮਿਲੇ ਨਹੀਂ ਹੋਰ ਸੁਣਾਓ ਠੀਕ ਠਾਕ ਜੀ ਭੂਜੀ ਨਾਲ ਵੀ ਹੱਥ ਮਿਲਾ ਦਿੰਦੇ ਸਮੋਸੇ ਵੀ ਸੀ ਚਲੋ ਜੀ ਤੰਬਾਕੂ ਖਾਤੀ ਥੀ ਇਸਨੇ ਛੋੜ ਦੀ ਮੰਮੀ ਕਹਿੰਦੇ ਝੰਡੇ ਦੇ ਕੋਲ ਮੱਥਾ ਟੇਕਦੇ ਹੋਏ ਬਣਾਓ ਮੱਥਾ ਚਰਨਾ ਦੇ ਨਾਲ ਲਾਇਆ ਪੁੱਲਾ ਬਖਸ਼ਾ ਮੇਰੀ ਚੱਪਲ ਲਾ ਕੇ ਮੱਥਾ ਟੇਕ ਲਾ ਇਹ ਗੱਲ ਅੱਜ 100% ਦੀ ਕੀਤੀ ਪਰ ਹੈ ਨੀ 100% ਵਾਲਾ ਮੂੰਹ 100% ਵਾਲਾ ਮੂੰਹ ਸੋ ਗਾਈਸ ਧੁੱਪ ਦੇ ਨਜ਼ਾਰੇ ਲੈ ਰਹੇ ਆ ਜੂਆ ਨਾ ਉਹ ਪਟਾਕਿਆਂ ਦੀ ਆਵਾਜ਼ ਵੀ ਵਾਧੂ ਜੂਆ ਗਾਈਸ ਇਹਦੇ ਲਾਗੇ ਨਾ ਜਾਇਓ ਕੋਈ ਵੀ ਲੋ ਜੀ ਰੋਟੀ ਪਾਣੀ ਖਾ ਕੇ ਫ੍ਰੀ ਹੋ ਚੁੱਕੇ ਆ ਗਾਈਸ ਮਟਰ ਪਨੀਰ ਦੀ ਸਬਜ਼ੀ ਦੰਦਾਂ ਚੋਂ ਕੱਢਣ ਦੇ ਨੇ ਸੱਚ ਆਲੂ ਮੇਥੀ ਵੀ ਨਹੀਂ ਖੀਰੇ ਦਾ ਬੀ ਫਸ ਗਿਆ ਨਾ ਏਦਾਂ ਹੀ ਹੌਲੀ ਹੌਲੀ ਸਾਰੀਆਂ ਡਿਸ਼ਾਂ ਬਣਾ ਦੋ ਕੀ ਖਾਧਾ ਖੀਰਾ ਤੇ ਚੌਲ ਮਟਰਾਂ ਵਾਲੇ ਚੋਰ
ਮਟਰ ਪਾਣੀ ਵੀ ਨੀ ਪੁੱਸ ਗਿਆ ਠੰਡਾ ਜਿਹਾ ਆਇਓ ਵਾ ਇੱਥੇ ਥੋੜੀ ਕਮੈਂਟ ਦੀ ਹਾਲ ਉਹਦੇ ਮਾਮਾ ਬੈਰੀਗੇਡ ਹੈਗਾ ਸੋ ਗਾਈਸ ਤਾਂ ਜਾ ਕੇ ਫੋਨ ਚਾਰਜਰ ਵੀ ਲਾਣਾ ਪਿਆ ਜਨਾਨੀ ਲੱਗੀ ਵਿੱਚ ਉਹ ਵੀ ਅਬ ਜਾ ਰਹੇ ਹਾਂ ਬਹੁਤੇ ਡਾਂਸ ਡੂਸ ਹੋ ਗਿਆ ਆ ਉਹ ਮਾੜਾ ਆ ਉਹ ਕਿਦਾਂ ਹੁਣੇ ਉਹਨੂੰ ਚੰਗਾ ਜੀ ਬਾਏ ਬਾਏ ਉਹ ਨਾਨਕੀਆਂ ਦੇ ਘਰ ਘਰ ਸੋਰੇ ਫੇਰੇ ਸਾ ਕੇ ਫੇਰੀਆਂ ਫੇਰੀਆਂ ਫਿਰ ਨੇ ਪਟੋਲੀ ਸਬਜ਼ੀਆਂ ਪੈਕ ਕਰਾਉਣ ਡੇ ਕਹਿੰਦੇ ਘਰ ਜਾ ਕੌਣ ਬਣਾਏਗਾ ਮੰਮੀ ਚਲੋ ਜੀ ਬਾਨੂ ਬਾਰੀ ਗੱਲ ਸੱਚ ਹੋ ਗਈ ਆ ਮਾਲੀ ਹੁਣ ਤੇ ਨੀ ਉਹ ਹੁੰਦੀ ਕੋਈ ਗੱਲ ਬਾਤ ਚਲੋ ਗਾਈ ਸਮਾਨ ਸਮੂਨ ਚੱਕ ਲਿਆ ਆਪਣਾ ਚਮਚ ਖਾਣ ਡੀ ਉਹਨੂੰ ਪਤਾ ਨੀ ਲੱਗਾ ਚੰਗਾ ਚੰਗਾ
ਚੰਗਾ ਪੁੱਛ ਭਾਜੀ ਬਾਏ ਚਲੋ ਠੀਕ ਹੈ ਓ ਆ ਜੀ ਆਪਾਂ ਜਲਦੀ ਚਲੋ ਠੀਕ ਹੈ ਬਾਏ ਅਗਲੇ ਸ਼ਨੀਵਾਰ ਮਿਲਾਂਗੇ ਪਹੁੰਚ ਗਿਆ ਜੀ ਬੱਸ ਸਟੈਂਡ ਤੇ ਆਪਾਂ ਇਧਰੋਂ ਜਾਂਦੇ ਆ ਇਧਰ ਨੀ ਚੱਲ ਰਿਹਾ ਇਧਰ ਮੇਰੀ ਨਾਲ ਜਿਹੜਾ ਖੋਖਾ ਹੈਗਾ ਵਾ ਤਮਾਕੂ ਤਮੂਕੂ ਲਾਉਂਦੀ ਆ ਲੋ ਮੇਰੇ ਵੀਰੋ ਪਹੁੰਚ ਗਏ ਆ ਜੀ ਆਪਾਂ ਅੰਮ੍ਰਿਤਸਰ ਸ਼ਹਿਰ ਓਕੇ ਓਕੇ ਲੈ ਜਾਣ ਮੰਮੀ ਹੁਣੀ ਉਹ ਉੱਥੇ ਉਤਰਨ ਡੇ ਹਲੇ ਉਹ ਕੋ ਬਸ ਸਾਡੀ ਇੱਥੇ ਲੱਗੀ ਹੈ ਆਪਾਂ ਤੇ ਚੱਲੀਏ ਆਪਾਂ ਗਾਈਸ ਪਤਾ ਕੀ ਹੁਣ ਇੱਥੋਂ ਆਪਾਂ ਚੱਲੇ ਹਾਂ ਸਟੇਸ਼ਨ 'ਤੇ ਆਪਾਂ ਇੱਥੋਂ ਚੱਲੇ ਸਟੇਸ਼ਨ 'ਤੇ ਕਿਉਂਕਿ ਸਟੇਸ਼ਨ 'ਤੇ ਆਪਾਂ ਸਵੇਰੇ ਨਾ ਤੁਹਾਨੂੰ ਪਤਾ ਟ੍ਰੇਨ 'ਚ ਆਏ ਅਤੇ ਉੱਥੇ ਆਪਾਂ ਬਾਈਕ ਲਾਈ ਸੀ ਬਾਈਕ 'ਤੇ ਆਪਾਂ ਸਟੇਸ਼ਨ ਗਏ ਸੀ ਬਾਈਕ ਲੈ ਕੇ ਆਪਾਂ ਜਾਵਾਂਗੇ ਸਟੇਸ਼ਨ 'ਤੇ ਜਾਓ ਤੁਸੀਂ ਇੱਧਰੋਂ ਹੀ ਚੱਲ ਜਾਓ ਆਪਾਂ ਇੱਧਰੋਂ ਚੱਲਦੇ ਚੰਗਾ ਹੈ ਓਕੇ ਬਾਏ ਗਾਈਸ ਆਉਂਦੇ ਆਪਾਂ ਸਵੇਰੇ ਅਸੀਂ ਲੁਧਿਆਣੇ ਚੱਲੇ ਹਾਂ ਓਕੇ ਗਾਈਸ ਮਿਲਦੇ ਹਾਂ ਨਹੀਂ ਟ੍ਰੇਨ 'ਚ ਜਾਣਾ ਸੋ ਗਾਈਸ ਪਹੁੰਚ ਗਏ ਹਾਂ ਜੀ ਸਟੇਸ਼ਨ ਪਰ ਅਤੇ ਉੱਤਰ ਵੀ ਗਏ ਹਾਂ ਸਟੇਸ਼ਨ ਤੋਂ ਚੈਨਲ ਸਬਸਕ੍ਰਾਈਬ ਕਰ ਦਿਓ ਸ਼ਰੀਫ ਮੁੰਡੇ ਅਤੇ ਆਪਾਂ ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਵਿਚਾਰਾ ਡਰ ਗਿਆ ਆਪਣੇ ਫੋਨ ਦੀ ਨਾ ਖੋਜ ਉਹ ਸਾਹਮਣੇ ਪਾਰਕਿੰਗ ਆ ਸਾਹਮਣੇ ਸਟੇਸ਼ਨ ਆ ਉੱਧਰ ਖੋਹ ਵਾਲੇ ਬੰਦਿਆ ਤੁਹਾਨੂੰ ਗਾਈਸ ਇੱਕ ਘਰ ਜਾ ਗੱਲ ਦੱਸਦੇ ਹਾਂ ਟਿਕਟ ਫੇਰੀ ਠੀਕ ਆ ਨਾਲੇ ਘਰ ਪਹੁੰਚਦੇ ਹਾਂ ਹੁਣ ਆਪਾਂ ਵੀ ਘਰ ਪਹੁੰਚ ਗਏ ਆਪਾਂ ਗਾਈਸ ਤੁਹਾਨੂੰ ਆਪਾਂ ਜਿੱਦਾਂ ਕਿ ਦੱਸਿਆ ਸੀ ਘਰ ਜਾ ਕੇ ਤੁਹਾਨੂੰ ਇੱਕ ਗੱਲ ਦੱਸ ਆਏ ਲੰਮੇ ਪਈਏ ਵੀਰ ਸੋ ਓਕੇ ਗਾਈਸ ਆਪਾਂ ਹੁਣ ਮਿਲਦੇ ਤੁਹਾਨੂੰ ਨੈਕਸਟ ਵਲੌਗ ਸੱਚ ਆਪਾਂ ਤੁਹਾਨੂੰ ਕਿਹਾ ਸੀ ਫਿਰ ਗੱਲ ਦੱਸੀ ਆਇਓ ਗਿਆ ਸੀ ਰਿਤਿਕ ਭਾਈ ਦੇ ਡੈਡੀ ਵਾਲਾ ਬਹੁਤ ਸੱਚ ਹਾਂਜੀ ਗਾਈਸ ਉਹਨਾਂ ਦਾ ਬਹੁਤ ਵੱਡਾ ਹਾਦਸਾ ਹੋ ਗਿਆ ਅਤੇ ਕਿੰਨੇ ਵਜੇ ਦਾ ਟਾਈਮ ਸੀ ਚੈੱਕ ਕਰੋ ਹਲੇ ਕੋਈ ਟਾਈਮ ਨਹੀਂ ਹੈ ਇੱਕ ਵਜੇ ਦਾ ਥੋੜ੍ਹਾ ਸਾਢੇ ਬਾਰਾਂ ਇੱਕ ਵਜੇ ਸਾਢੇ 11 ਦਾ ਭਰਾ ਸਾਢੇ 11:15 ਦਾ ਟਾਈਮ ਹੈਗਾ ਸੀ ਅਤੇ ਉਹਨਾਂ ਡਿਊਟੀ ਕਰਦੇ ਆ ਦਸ ਹੋਸਪਿਟਲ ਦੇ ਵਿੱਚ ਮਹਾਜਨ ਹੋਸਪਿਟਲ ਮਹਾਜਨ ਹੋਸਪਿਟਲ ਜਾਂਦੇ ਸੀ ਨਾਈਟ ਡਿਊਟੀ ਨਾਈਟ ਡਿਊਟੀ ਅਤੇ ਉਹਨਾਂ ਰੋਟੀ ਲੈਣ ਆਉਂਦੇ ਸੀ ਤਾਂ ਰੋਟੀ ਉਹਨਾਂ ਨੂੰ ਪੈ ਗਈ ਸੀ ਬੰਦੇ ਜਿਹਨਾਂ ਨੇ ਸ਼ੇਰੀ ਹੁੰਦੇ ਨਹੀਂ ਹੈ ਚੋਰ ਘਰ ਦੇ ਕੋਲ ਆ ਗਏ ਫਟਾਫਟ ਤੇ ਆਪਾਂ ਸਾਰੇ ਫਟਾਫਟ ਚੱਲੇ ਤੇ ਦੋ ਚੋਰ ਤੇ ਫੜ ਲਏ ਦੋ ਜਾਣੇ ਫੜੇ ਗਏ ਤੇ ਇੱਕ ਜਣਾ ਰਹਿ ਗਿਆ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਵਾ ਵੀ ਸਾਰੇ ਸਿਕਿਓਰ ਹੋ ਜਾਓ ਟਾਈਮ ਸਿਰ ਸਾਰੇ ਆਪਣੇ ਆਪਣੇ ਘਰੇ ਜਾਇਆ ਕਰੋ 8-9 ਦੇ ਵਿੱਚ ਘਰ ਆ ਪਹੁੰਚ ਜਾਇਆ ਕਰੋ ਘਰ ਵੱਧ ਤੋਂ ਵੱਧ 10 ਵਜੇ ਤੱਕ ਚੱਲ ਜਾਇਆ ਕਰੋ ਇਹ ਗੱਲ ਤੁਹਾਨੂੰ ਵੀ ਹੈ
ਓਏ ਆਪਾਂ ਤੇ ਟਾਈਮ ਨਾਲ ਜਾਂਦੇ ਹੁੰਦੇ ਹਾਂਜੀ ਇੱਥੇ ਕਿਉਂ ਤੁਸੀਂ ਸੰਦ ਲਾਏ ਹੁੰਦੇ ਜੇ ਲੇਟ ਹੋ ਵੀ ਜਾਂਦੇ ਹੋ ਤੇ ਕਿ ਆਪਣੇ ਜਿਹੜੇ ਸਾਡੇ ਮਿੱਤਰ ਘਰ ਰੁਕ ਜਾ ਕਰੋ ਹਾਂ ਆਪਾਂ ਦੇ ਕੋਲ ਆਹ ਤੇ ਪੈ ਜਾਂਦੇ ਆ ਜਗ੍ਹਾ ਥੋੜੀ ਹੋਵੇ ਦਿਲ ਨਹੀਂ ਥੋੜਾ ਹੋਣਾ ਚਾਹੀਦਾ ਇਹ ਮੇਰੀ ਗੱਲ ਜੇ ਇਹ ਚਾਹੁੰਦੇ ਸਾਡੇ ਨਾਲ ਬੀਤੀਆ ਵੀ ਤੁਹਾਡੇ ਨਾਲ ਕੋਈ ਇੱਦਾਂ ਦਾ ਹੋਵੇ ਓਕੇ ਗਾਈਸ ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਨਾਲ ਥੱਪੜ ਮਾਰੋ ਦੇ ਫੋਨ ਤੇ ਇੱਦਾਂ ਬਣੇ ਰਹੋ ਸਾਡੇ ਚੈਨਲ ਬਾਏ ਬਾਏ।